एंटी ड्रग कैंपेन जो के पंजाब गवर्नमेंट वालों मानयोग सीएम साहब ते साडे मानयोग डीजी साहब वालों चलाई हुई है, उसके तहत कमिश्नरेट पुलिस जलंधर नूं बड़ी सफलता मिली है। 27,000 जिहड़े नशीलियां गोलियां ने वो बरामद कीतियां और 2 मुलजम असीं उहदे च गिरफ्तार किए हैं। साडे कोल 8 नंबर डिवीजन दे SHO ਦੇ ਸੁਪਰਵੀਜ਼ਨ 'ਚ ਅਤੇ ਮੈਡਮ ਵਤਸਲਾ ADCP 1 ਅਤੇ ਸੁਖਜਿੰਦਰ ਸਿੰਘ ਸਾਡੇ ACP 9 ਦੀ ਸੁਪਰਵੀਜ਼ਨ, SI ਜਿਹੜਾ ਹੈ ਕੁਲਵਿੰਦਰ ਸਿੰਘ ਉਹਦੀ ਰਹਿਨੁਮਾਈ ਦੇ ਵਿੱਚ ਇਹ ਰਿਕਵਰੀ ਹੋਈ। ਬੇਰੂ ਚੌਂਕ ਦੇ ਉੱਤੇ ਪਠਾਨਕੋਟ ਰੋਡ ਦੇ ਉੱਤੇ ਇਹ ਇੱਕ ਸਵਿਫਟ ਵਾਈਟ ਜਿਹੜੀ ਸੀਗੀ ਡਿਜ਼ਾਇਰ ਗੱਡੀ, ਉਹਦੇ 'ਚੋਂ ਜਦੋਂ ਉਹਦੇ 'ਤੇ ਸ਼ੱਕ ਪਿਆ ਉਹਨੇ ਗੱਡੀ ਨੂੰ ਰੋਕਿਆ ਸਾਡੇ ਮੁਲਾਜ਼ਮ ਨੇ, ਤਾਂ ਉਹਨੇ ਇੱਕਦਮ ਉਹਨੂੰ ਗੱਡੀ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਉਹਨੂੰ ਰੋਕ ਕੇ ਮੁੜ ਕੇ ਉਹਦੀ ਤਲਾਸ਼ੀ ਜਦੋਂ ਲਈ ਗਈ ਡਿੱਗੀ ਦੇ ਵਿੱਚੋਂ 27,000 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ। ਜਿਹੜੇ ਮੁਲਜ਼ਮਾਂ ਦੀ ਪਹਿਚਾਣ ਹੈ ਉਹ ਪਿਊਸ਼ ਅਰੋੜਾ ਹੈ, ਹੈਬੋਵਾਲ ਦਾ ਲੁਧਿਆਣੇ ਦਾ ਰਹਿਣ ਵਾਲਾ, ਔਰ ਇੱਕ ਸਨੀ ਹੈ ਇਹ ਪਿੱਛੋਂ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ, ਪਰ ਹੁਣ ਇਸ ਟਾਈਮ ਲੁਧਿਆਣੇ ਹੀ ਰਹਿ ਰਹੇ। ਔਰ ਜਦੋਂ ਇਹਨਾਂ ਦੀ ਬਰਾਮਦਗੀ ਤੋਂ ਬਾਅਦ ਪੁੱਛ ਪੜਤਾਲ ਜਿਹੜੀ ਕੀਤੀ ਗਈ ਉਸ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਨਸ਼ੀਲੀਆਂ ਦਵਾਈਆਂ ਦੇ ਅਤੇ ਗੋਲੀਆਂ ਦੇ ਪਰਚੇ ਦਰਜ ਹੈ। ਜਿਹੜਾ ਪਿਊਸ਼ ਅਰੋੜਾ ਹੈ ਉਹਦੇ ਖਿਲਾਫ਼ ਸਿਟੀ ਜਗਰਾਓਂ ਦੇ ਵਿੱਚ 2,000 ਗੋਲੀ ਦਾ ਪਹਿਲਾਂ ਕੇਸ ਰਜਿਸਟਰ ਹੈ। ਜਿਹੜਾ ਸਨੀ ਹੈ ਉਹ GRP ਪੁਲਿਸ ਸਟੇਸ਼ਨ ਲੁਧਿਆਣਾ ਦੇ ਵਿੱਚ ਅਤੇ ਸਾਹਨੇਵਾਲ ਪੁਲਿਸ ਸਟੇਸ਼ਨ ਦੇ ਵਿੱਚ ਵੀ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਦੇ ਵਿੱਚ ਫੜੇ ਗਏ ਸੀ। ਜਿਹੜੀ ਬਰਾਮਦਗੀ ਹੈ ਉਹਦੇ ਦੇ ਵਿੱਚ ਟ੍ਰੈਮਾਡੋਲ ਹਾਈਡਰੋਕਲੋਰਾਈਡ ਦੀਆਂ 22,000 ਗੋਲੀਆਂ, ਰੈਡੋਲ ਜਿਹੜੀ ਇਸ ਨਾਲ ਸੋਲਟ ਐਡਿਡ ਹੈ ਟ੍ਰੈਮਾਡੋਲ ਨਾਲ ਉਹ 3,000 ਨੇ, ਐਲਪ੍ਰੋਜ਼ੋਲੈਮ ਇਹ 1,600 ਹੈ ਅਤੇ ਪ੍ਰੋਕਸੀਬੋਨ ਦੇ ਕੈਪਸੂਲ ਜਿਹੜੇ ਹੈ ਉਹ 400 ਹੈ। ਟੋਟਲ 27,000 ਗੋਲੀਆਂ ਇਹ ਫੜੀਆਂ ਗਈਆਂ। ਔਰ ਇਹ ਵੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਕੁਛ ਹੋਰ ਸਾਥੀ ਵੀ ਇਹਨਾਂ ਨਾਲ ਰਲ ਕੇ ਕਾਫੀ ਦੇਰ ਤੋਂ ਇਹ ਲੁਧਿਆਣੇ ਦੇ ਵਿੱਚ ਆਪਣਾ ਨੈਟਵਰਕ ਚਲਾ ਰਹੇ ਸੀ। ਤੋ ਅਸੀਂ ਸਪੈਸ਼ਲ ਟੀਮਸ ਬਣਾਈਆਂ, ਉਹਨਾਂ ਨੂੰ ਵੀ ਨੈਪ ਕੀਤਾ ਜਾਏਗਾ ਔਰ ਜਿਹੜੀ ਇਹਦੀ ਫਾਰਵਰਡ ਬੈਕਵਰਡ ਲਿੰਕੇਜਸ ਹੈ ਸਾਰੇ ਉਹ ਅਨਕਵਰ ਕੀਤੇ ਜਾਣਗੇ। ਮੈਂ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਔਰ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਏਗਾ।